ਨਮਸਤੇ ਤੁਹੰਦੇ ਸਭਨੇ ਦਾ ਸਵਾਗਤ ਹੈ ਸਵਾਮਿਤਵ ਯੋਜਨਾ ਪਰ ਗੱਲਬਾਤ ਕਰਗਣ ਕੇਂਦਰੀ ਗ੍ਰਾਮੀਣ ਤੇ ਪੰਚਾਇਤੀ ਰਾਜ ਮੰਤਰੀ ਭਾਰਤ ਸਰਕਾਰ ਸ਼੍ਰੀ ਗਰੀ ਰਾਜ ਸਿੰਘ ਉਹ ਸਵਾਮਿਤਵ ਯੋਜਨਾ ਕੀ ਹੈ ਤੇ ਇਸੇ ਸ਼ੁਰੂ ਕਰਨ ਦੇ ਪਿੱਛੇ ਕੀ ਮਕਸਦ ਹੈ ਦੇਖੋ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁੰਦਾ ਇੱਕ ਵਿਜਨ ਹੈ ਤੇ ਉਹ ਵਿਜਨ ਹੈ ਮੁਲਕ ਦੇ ਜਿਹੜੇ ਲਗਭਗ ਜਿਹੜੇ 6-7 ਲੱਖ ਗ੍ਰਾਂ ਉਹਨੇ ਗ੍ਰਾਂਜ ਚ ਜਿਹੜਾ ਘਰੇ ਦਾ ਗਰੋੜੀ ਜਿਸੀ ਦੇਸੀ ਭਾਸ਼ਾ ਚ ਅਖ ਦਿਨ ਉਹਦੇ ਕਾਗਦ ਉਹਦੇ ਕੋਲ ਨਹੀਂ ਹੁੰਦੇ ਉਹਦੇ ਕੋਲ ਵਿਦਿਵਤ ਟੈਕਨੀਕਲ ਮਾਲਕਾਨਾ ਅੱਕ ਨਹੀਂ ਹੁੰਦਾ ਇਸ ਲਈ ਉਹਨੇ ਇੱਕ ਸਵਾਵਿੱਤਵ ਯੋਜਨਾ ਦਾ ਦਿਸ਼ਾ ਨਿਰਦੇਸ਼ਨ ਦਿੱਤਾ ਤੇ ਉਸ ਸਵਾਵਿੱਤਵ ਯੋਜਨਾ ਅੱਜ ਦੇ ਸੈ ਚ ਯਾਨੀ ਇੱਕ ਨਮੀ ਕ੍ਰਾਂਤੀ ਲਿਆ ਕਰਦੀ ਹੈ ਗ੍ਰਾਮੀਣ ਜੀਵਨ ਚ ਇੱਕ ਨਵਾਂ ਉਤਸ਼ਾਹ ਲਿਆ ਕਰਦੀ ਹੈ ਇਸ ਵਾ ਮਿਤਵ ਛੜਾ ਇੱਕ ਡਰੋਨ ਕਨੈਕਟ ਕਰਾਇਦਾ ਨਕਸ਼ਾ ਨਹੀਂ ਹੈ ਇਹ ਇੱਕ ਪੱਕਾ ਰਜਿਸਟਰਡ ਡਿਡ ਹੈ ਜਿਹਦਾ 1.2 ਸੈਂਟੀਮੀਟਰ ਦਾ ਫਰਕ ਹੁੰਦਾ ਹੈ ਚਿੱਤਰ ਲੈਂਦੇ ਹੋਈ ਇਹਦੇ ਕੋਲ ਆ ਪਹਿਲਾਂ ਰਾਜ ਸਰਕਾਰ ਚੂਨੇ ਕੰਨ ਨਿਸ਼ਾਨਦੇਹੀ ਕਰਦੀ ਹੈ ਉੱਥੋਂ ਦੇ ਲੋਕਾਂ ਕੰਨ ਫੀ ਲਾਗੂ ਬੰਨੇ ਦੇ ਲੋਕ ਉਹਦੇ ਪਰ ਇਤਰਾਜ਼ ਪੁੱਟਦੇ ਰਾਜ ਸਰਕਾਰ ਉਦਾਨ ਨਿਵੇੜਾ ਕਰਦੀ ਫੀਓ ਦਾ ਰਜਿਸਟ੍ਰੇਸ਼ਨ ਹੁੰਦਾ ਤੇ ਰਜਿਸਟ੍ਰੇਸ਼ਨ ਕਰੀਆ ਨਕਸ਼ੇ ਸਮੇਤ ਉਸੇ ਦੇ ਦਿੱਤਾ ਜਾਂਦਾ ਇਹ ਸਵਾਮਿਤਵ ਹੈ 2024 24 ਅਪ੍ਰੈਲ ਦੀ ਪ੍ਰਧਾਨ ਮੰਤਰੀ ਜੀ ਉਹ ਰ ਹੈ ਇਹਦੀ ਸ਼ੁਰੂਆਤ ਕੀਤੀ ਹੀ ਇਸ ਯੋਜਨਾ ਕੰਨਾ ਗ੍ਰਾਮੀਣੇ ਦੇ ਜੀਵਨ ਚ ਕੀ ਬਦਲਾਵ ਆਵਾ ਕਰ ਦੇਣ ਤੇ ពਵਿਕ ਚ ਇਸ ਯੋਜਨਾ ਕੰਨਾ ਕੀ ਫਾਇਦਾ ਹੋਗ ਦੇਖੋ ਫਾਇਦਾ ਤੇ ਲੈਣੇ ਵਾਲੇ ਉੱਪਰ ਡਿਪੈਂਡ ਕਰਗ ਉਹਨ ਬੈਂਕਿੰਗ ਦੀ ਦਿਸ਼ਾ ਨਿਰਦੇਸ਼ਨ ਜੀਆਂ ਸ਼ਹਿਰਾਂ 'ਚ ਮਕਾਨੇ ਦਾ ਮਕਾਨੇ ਦੇ ਕਾगज ਉਹ ਦਿਨ ਤੇ ਉਹ ਉਹਦੇ ਅਗੇਂਸਟ 'ਚ ਬੈਂਕੇ ਸਭਾ ਕਰਜ਼ਾ ਲੈਂਦੇ ਕੋਈ ਕੰਮ ਕਰਦੇ ਉਹਾਂ ਗਰਾਂ ਦੇ ਮਕਾਨੇ ਦੀ ਕੋਈ ਵੈਲਿਊ ਨਹੀਂ ਜੇ ਲੈ ਡਰੋਨ ਕੰਨ ਉਹਦੇ ਚਿੱਤਰ ਲੈਤੇ ਜਾਂਦੇ ਉਹਦੇ ਮਗਰਾ ਚੂਨੇ ਕੰਨ ਨਿਸ਼ਾਨਦੇ ਹੀ ਹੁੰਦੀ ਫਿਰ ਰਾਜ ਸਰਕਾਰ ਤੇ ਭਾਰਤ ਸਰਕਾਰ ਦੋਨੇ ਦੀ ਗਾਈਡਲਾਈਨ ਦੇ ਮੁਤਾਬਕ ਮਲਾਈਆ ਉਹਨੇ ਕੀ ਡਿਮਡ ਟੈਕਨੀਕਲ ਰਜਿਸਟਰ ਸਰਟੀਫਿਕੇਟ ਥੋਂਦਾ ਜਿਲ੍ਹਾ ਉਹ ਥੋਂਦਾ ਤੇ ਉਹਦਾ ਇਸਤੇਮਾਲ ਜੀਵਨ ਦੇ ਨਵੇਂ ਖੇਤਰੇ ਚ ਕਰਦੇ ਭਾਵੇਂ ਕਰਜ਼ਾ ਲੈਣੇ ਚ ਕਰਦੇ ਭਾਵੇਂ ਆਪਣੀ ਘਰੇਲੂ ਜਾਇਦਾਦ ਓਂਦੀ ਗ੍ਰਾਂਦੇ ਲੋਕੇ ਤੋਂੜੀ ਇਹ ਯੋਜਨਾ ਤੋਂਲੇ ਪੁੱਝਾ ਇਹਦੇ ਲਈ ਕੀ ਕੋਸ਼ਿਸ਼ਾਂ ਉਹ ਕਰਦੀਆਂ ਨੇ ਇਹ ਭਾਰਤ ਸਰਕਾਰ ਸਰਵੇ ਆਫ ਇੰਡੀਆ ਕੰਨੇ ਮਿਲੀ ਹੈ ਅਸ ਇਹਦਾ ਟੈਕਨੀਕਲ ਹੁੰਦੇ ਕੰਨੇ ਮੇਰਾ ਸਾਂਝਾ ਕਾਰਜਕ੍ਰਮ ਚਲਾ ਕਰਦਾ ਹੈ ਉਹ ਡਰੋਨ ਦੀ ਵਿਵਸਥਾ ਕਰ ਦੇਣ ਉਹ ਕੋਰ ਐਸ ਸੀਓ ਆਰ ਐਸ ਜੁੱਥੇ ਲਾਣੇ ਹੈ ਟੈਕਨੀਕਲ ਉਹ ਲਾਂਦੇ ਨ ਮਹਿਕਮਾ ਪੰਚਾਇਤੀ ਰਾਜ ਉਹਨੇ ਹੀ ਆਖਦਾ ਹੈ ਜੇ ਤੁਸੀਂ ਕੀ ਚਾਹੀਦਾ ਉਹ ਉਸ ਟੰਗਾ ਕਰਨੇ ਟੋਲੇ ਟੋਲੇ ਕੰਮ ਕਰਦੇ ਮੇਰਾ ਪ੍ਰੈਸ਼ਰ ਹੁੰਦਾ ਜੇ ਸਾਬ ਜਿੰਨੇ ਟੋਲੇ ਜਿਹੜੇ ਰਾਜੇ ਕੰਨੇ ਮੇਰਾ ਐਮਓਯੂ ਉਹ ਹੀ ਗੇਦਾ ਹੈ ਤੋਲੇ ਸਵਾ ਤੋਲੇ ਕੰਮ ਕਰਚਾ ਜਿਹੜਾ ਸੀਓਆਰਐਸ ਹੈ ਉਹ ਗ੍ਰਾਂਦੇ ਜੀਵਨ ਚ ਇੱਕ ਨਵਾਂ ਸੰਚਾਰ ਆਨੈ ਨਵਾਂ ਸੰਚਾਰ ਕਿਉਗ ਉਦੀ ਕਿ ਟੈਕਨੋਲੋਜੀ ਹੋਗ ਇੱਕ ਐਪ ਹੋਗ ਮੋਬਾਈਲ 'ਅਲੇ ਲੇਖਾ ਜਿਹੜਾ 99 ਫੀਸਦੀ ਐਕੂਰੇਸੀ ਕੰਨੈ ਜਿਹੜਾ ਤੁਸੇਂ ਕੀ ਅਧਿਕਾਰਤ ਹੋਏਦਾ ਹੈ ਉਹਦੇ ਕੰਨੈ ਤੁਸ ਮਗਰ ਆਪਣੇ ਘਰੇਗੀ ਨਾਪੀ ਸਕਦੇ ਹੋ ਕੋਈ ਚਿਮੇਲਾ ਨਹੀਂ ਹੋਗ ਜੇਕਰ ਤੁਸੀਂਗੀ ਸੀਓ ਆਰਐਸ ਆਸਿਆ ਆਸਾ ਐਬੀ ਆਗਰ ਕੀਤੇ ਦਾਇਆ ਹੈ ਜੇਕਰ ਜ਼ਰੂਰਤ ਪਵੇ ਤੇ ਪੰਚਾਇਤ ਦੇ ਭਵਨੇ ਚ ਤੇ ਆਸੇਗੀ ਸੂਚਨਾ ਥੋ ਹੈ ਮੌਸਮ ਦੀ ਤੇ ਕਈ ਤਕਨੀਕੀ ਵਿਵਸਥਾ ਓਗ ਜਿਹਦੇ ਚ ਗ੍ਰਾਂਂਦ ਦੀ ਜਨਤਾ ਕੀ ਆਮ ਜੀਵਨ ਖੇਤੀਬਾੜੀ ਚ ਇੱਕ ਨਮੀ ਵਿਵਸਥਾ ਥੋਗ ਅੱਜ ਗ੍ਰਾਂਂਚ ਕੀ ਹੋਆ ਕਰਦਾ ਹੈ ਗ੍ਰਾਂਂਚ ਮਿੱਕੀ ਸਾਫ ਸਫਾਈ ਲਈ ਨਾਲੇ ਚਾਹੀਦੇ ਗਾਂਚ ਮਿੱਕੀ ਕਰਿਆ ਦਾ ਪਾਣੀ ਕਰਿਆ ਚ ਖੇਤੜੇ ਦਾ ਪਾਣੀ ਖੇਤੜੇ ਚ ਤੇ ਗਾਂ ਦਾ ਪਾਣੀ ਗਾਂਚ ਕਰਿਆ ਦਾ ਪਾਣੀ ਕਰਿਆ ਚ ਓਗ ਤੇ ਸੌਕਪੇਟ ਪਾਣਾ ਓਗ ਤੇ ਇਹਨੇ ਸਭਨੇ ਚ ਵੀ ਜਿਲ੍ਹੇ ਜੀਪੀਡੀਪੀ ਬਨਗ ਤੇ ਉਹਦੀ ਪਲਾਨਿੰਗ ਇੱਕਦਮ ਯਕੀਨੀ ਹੋਈ ਜਾਗ ਜੇ ਕੋਦਾਕਰ ਕੁੱਥੇ ਐ ਕੁੱਥੇ ਉਹਦਾ ਸੌਕਪੇਟ ਓਗ ਨਾਲੇ ਦੀ ਨਿਕਾਸੀ ਕੁੱਥੇ ਓਗ ਅਗਰ ਇਲੈਕਟ੍ਰੀਫਾਈ ਕਰਨਾ ਹੈ ਪੂਰਾ ਉਹ ਹੋਈ ਹੈ ਪੋਲ ਕੁੱਥੇ ਲਾਣਾ ਹੈ ਤੇ ਸੱਬਣੇ ਕੋਲਾ ਵੱਡਾ ਰਿਫਲੈਕਸ਼ਨ ਹੈ ਜੇ ਅਪੂਚਾ ਜੜੇ ਲੜਾਈ ਝਗੜੇ ਹੁੰਦੇ ਨ ਕੇਸ ਮੁਕਦਮੇ ਗ੍ਰਾਂਚ ਹੁੰਦੇ ਨ ਜਿਹਾਂ ਪਰਿਵਾਰਾਂ ਚ ਹੁੰਦਾ ਹੈ ਇਹ ਤੇਰਾ ਇਹ ਮੇਰਾ ਉਹਦਾ ਨਵੇੜਾ ਹੋਈ ਜਾਗ ਸਵਾਮਿਤਵ ਪ੍ਰਧਾਨ ਮੰਤਰੀ ਹੁੰਦਾ ਫਲੈਗਸ਼ਿਪ ਪ੍ਰੋਗਰਾਮ ਹੈ ਉਹਨ ਆਪਣੇ ਮਹਿਕਮੇ ਦਾ ਆਉਂ ਕਰੇ ਲੂਦਾ ਜ਼ਿਲ੍ਹਾ ਕਰੀ ਲੈਗਾ ਤੇ ਇੱਕ ਇੱਕ ਦਾ ਜੀਆਂ ਮੋਬਾਈਲ ਨੰਬਰ ਹੁੰਦਾ ਹੈ ਉਹਨੇ ਪਲਾਟੇ ਦਾ ਆਧਾਰ ਨੰਬਰ ਥੋਗ ਯਾਨੀ ਫੇ ਇੱਕ ਸ਼ਖਸ ਦਾ ਇੱਕ ਗਾ ਨੰਬਰ ਹੋਗ ਕੋਈ ਵੀ ਨੰਬਰ ਇਧਰ ਉਧਰ ਨਹੀਂ ਕਰੀ ਸਕਗ ਇਹ ਸਵਾਮਿਤਵ ਦੇ ਤਕਨੀਕੀ ਅਸਰ ਪੌਂਗਨ ਜੀਵਨ ਚ ਪਾਰਦਰਸ਼ਤਾ ਦਾ ਜੀਵਨ ਚ ਗ੍ਰਾਂਚ ਅਪੂ ਚ ਲੜਾਈ ਝਗੜੇ ਦਾ ਇਹ ਜੀਵਨ ਚ ਹੋਰਨੇ ਖੇਤਰੇ ਦੇ ਨੰਮੇ ਆਯਾਮੇ ਲਈ ਤੇ ਫਿਰ ਆਨੇ ਵਾਲੇ ਦਿਨੇ ਚ ਮੋਦੀਆਂ ਦੀ ਅਗਵਾਈ ਚ ਸਾਡਾ ਮਹਿਕਮਾ ਜ਼ਮੀਨੇ ਦਾ ਵੀ ਇਸ ਟੰਗੇ ਕੰਨ ਸਬਨੇਗੀ ਆਧਾਰ ਨੰਬਰ ਦੇਗ ਯਾਨੀ ਕਿ ਪਾਸੇ ਕਰੇ ਲੂਦਾ ਡੀਮਡ ਰਜਿਸਟ੍ਰੇਸ਼ਨ ਹੋਗ ਉਹਦੇ ਪਰ ਬੂ ਆਧਾਰ ਨੰਬਰ ਹੋਗ ਦੂਏ ਪਾਸੇ ਆਸੇ ਜ਼ਮੀਨ ਦਾ ਦੇਗੇ ਇਹਦਾ ਮਤਲਬ ਗ੍ਰਾਂ ਤੇ ਪੰਚਾਇਤ ਚ ਕੋਸ਼ਿਸ਼ ਹੈ ਝਗੜਾ ਮੁਕਤ ਗਰਾਹੋ ਹੈ ਪਾਰਦਰਸ਼ੀ ਹੋਇਆ। ಗ್ರಾಮ ਪੰਚਾਇਤ ਸਵੈ ਮਿੱਤਵ ਯੋਜਨਾ ਕੀ ਜਨ ਜਨ ਤੋਂੜੀ ਪਜਾਣੇ ਚ ਕਿੰਨਾਂ ਆਪਣੀ ਭੂਮਿਕਾ ਨਿਵਾ ਕਰਦੀਆਂ। ਆਉ ਪਹਿਲੇ ਵੀ ਤੁਸੇਂ ਕੀ ਆਖਿਆ ਜੇ ਰਾਜ ਸਰਕਾਰ ਕੰਨੇ ਇੱਕ ਐਮਓਯੂ ਹੁੰਦਾ ਹੈ। ਜ਼ਿਲ੍ਹਾ ਰਾਜ ਸਰਕਾਰ ਸਾਡੇ ਕੋਲ ਆ ਸਾਡੇ ਮਾਡਲ ਕੀ ਸਵੀਕਾਰ ਕਰਦੀ ਹੈ ਤੇ ਸਰਵੇ ਆਫ ਇੰਡੀਆ ਉੱਥੇ ਆਪਣਾ ਕੰਮ ਸ਼ੁਰੂ ਕਰਦਾ ਹੈ। ਤੇ ਮੇਰੀ ਮਾਨਿਟਰਿੰਗ ਰੋਂਦੀ ਹੈ ਜੇ ਇੱਕ ਡਰੋਨ ਘਟੋ ਘਟ ਦਿਨ ਪਰ ਐਚ 45 ਜੇ ਗਰਾਏਗੀ ਪੂਰਾ ਕਰਿ ਲੈ ਚਿੱਤਰ ਲੈ ਲੈ ਇਹ ਮੇਰਾ ਪ੍ਰੈਸ਼ਰ ਹੁੰਦਾ ਹੈ ਤੇ ਇਹਦੇ ਕੰਨੇ ਅੱਜ ਲਗਭਗ ਲੱਗਦਾ ਹੈ 2 ਕਰੋੜ ਦੇ ਕਰੀਬ ਅਸ ਪਾਰਸਲ ਕੀ ਲਈ ਸਕਿਆ ਡਿਡ ਲੱਖ ਕੋਲਾ ਉੱਪਰ ਗਰਾਏਗੀ ਅਸ ਪੂਰਾ ਕਰੀ ਚੁੱਕੇ ਆ ਅਸ ਇਸ ਸਵਾਮੀਤਵ ਯੋਜਨਾ ਪਰ ਗੱਲ ਕਰਾ ਕਰਦੇ ਹੈ ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਭਾਰਤ ਸਰਕਾਰ ਮਾਨਨਗਰੀ ਰਾਜ ਸਿੰਘੋਂ ਦੇ ਕਨੇ ਅਸੁੰਦਰ ਧੰਨਵਾਦ ਕਰਨਿਆ ਤੇ ਉਹ ਤੁੰਦੇ ਕੋਲ ਇਜਾਜ਼ਤ ਚਾਹਨਿਆ ਜੈ ਹਿੰਦ